ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧੜਾ ਵੱਖ ਹੋਇਆ। ਉਸ ਧੜੇ ਦੇ ਵੱਖ ਹੋਣ ਤੋਂ ਬਾਅਦ ਇੱਕ ਗੱਲ ਵਿਸ਼ੇਸ਼ ਤੌਰ ਦੇ ਉੱਤੇ ਉੱਭਰਦੀ ਨਜ਼ਰ ਆ ਰਹੀ ਹੈ ਕਿ ਆਖਿਰਕਾਰ ਇਹ ਧੜੇ ਵੰਡੀ ਹੋਈ ਕਿਉਂ ਹੈ, ਕਿਉਂ ਇਹ ਪਾੜ ਪਿਆ, ਕਿਉਂ ਆਖਿਰਕਾਰ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਜਾਂ ਬਾਕੀ ਜਿਹੜੇ ਲੀਡਰ ਇਹਨਾਂ ਦੇ ਨਾਲ ਰਲੇ ਨੇ, ਕਿਉਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਪਾਸਾ ਵੱਟ ਲਿਆ, ਕਿਉਂ ਇਹ ਧੜਾ ਬਣਿਆ। ਇਹਦੇ ਵਿੱਚ ਇੱਕ ਜਵਾਬ ਉੱਭਰਦਾ ਨਜ਼ਰ ਆਉਂਦਾ ਪਿਆ। ਪ੍ਰਧਾਨ ਦੀ ਕੁਰਸੀ ਤਾਂ ਨਹੀਂ ਇਹਦਾ ਵੱਡਾ ਕਾਰਨ, ਕਿ ਪ੍ਰਧਾਨਗੀ ਪਿੱਛੇ ਹੀ ਇਹ ਲੀਡਰ ਅਕਾਲੀ ਦਲ ਤੋਂ ਲਹਿਦਾ ਤਾਂ ਨਹੀਂ ਹੋ ਗਏ, ਕਿਉਂਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ। ਪਰ ਹੁਣ ਇਹ ਗੱਲ ਉੱਭਰਦੀ ਨਜ਼ਰ ਆ ਰਹੀ ਹੈ ਕਿ ਜਿਹੜੇ ਇਹ ਵੱਡੇ ਲੀਡਰ ਨੇ, ਵੱਡੇ ਅਕਾਲੀ ਲੀਡਰ ਨੇ, ਜਿਵੇਂ ਬੀਬੀ ਜਗੀਰ ਕੌਰ ਨੇ, ਪ੍ਰੇਮ ਸਿੰਘ ਚੰਦੂ ਮਾਜਰਾ ਨੇ, ਗੁਰਪ੍ਰਤਾਪ ਵਡਾਲਾ ਨੇ, ਆਦੇਸ਼ ਪ੍ਰਤਾਪ ਕੈਰੋਂ, ਸਿਕੰਦਰ ਸਿੰਘ ਮਲੂਕਾ ਵਰਗੇ ਲੀਡਰ ਨੇ, ਹੋ ਸਕਦਾ ਹੈ ਕਿ ਇਹ ਪ੍ਰਧਾਨਗੀ ਲੱਭਦੇ ਹੋਣ। ਇਹ ਚਰਚਾਵਾਂ ਚੱਲ ਗਈਆਂ ਕਿ ਆਖਿਰਕਾਰ ਇਹਨਾਂ ਨੇ ਧੜਾ ਵੰਡੀ ਕੀਤੀ ਤਾਂ ਆ ਕਿ ਇਹ ਪ੍ਰਧਾਨਗੀ ਹਾਸਲ ਕਰਨਾ ਚਾਹੁੰਦੇ ਨੇ, ਪਰ ਇਸ ਗੱਲ 'ਚ ਸੱਚਾਈ ਕਿੰਨੀ ਹੈ? ਕਿ ਬੀਬੀ ਜਗੀਰ ਕੌਰ ਪ੍ਰਧਾਨਗੀ ਹਾਸਲ ਕਰਨਾ ਚਾਹੁੰਦੇ ਨੇ? ਹਾਲਾਂਕਿ ਬੀਬੀ ਜਗੀਰ ਕੌਰ ਦੇ ਨਾਲ ਗੱਲ ਵੀ ਕੀਤੀ ਗਈ, ਉਹਨਾਂ ਨੇ ਉਸ ਵੇਲੇ ਤਾਂ ਬਿਲਕੁਲ ਕਿਹਾ ਸੀਗਾ ਕਿ ਪ੍ਰਧਾਨਗੀ ਦੇ ਨਾਲ ਉਹਨਾਂ ਨੂੰ ਕੋਈ ਮੰਤਵ ਨਹੀਂ ਹੈ, ਉਹਨਾਂ ਦਾ ਕੋਈ ਮਕਸਦ ਨਹੀਂ ਹੈ, ਪਰ ਲੋਕ ਜਿਹੜੇ ਨੇ ਉਹ ਪ੍ਰਧਾਨ ਦੀ ਕੁਰਸੀ 'ਤੇ ਕਿਸੇ ਹੋਰ ਨੂੰ ਚਾਹੁੰਦੇ ਨੇ, ਇਸ ਤਰ੍ਹਾਂ ਦੀ ਗੱਲ ਪ੍ਰਤੀਤ ਹੋਈ ਸੀ। ਪਰ ਕੀ ਹੁਣ ਜਿਵੇਂ ਲੋਕ ਕਹਿੰਦੇ ਪਏ ਨੇ ਕਿ ਕੀ ਬੀਬੀ ਜਗੀਰ ਕੌਰ ਹੀ ਪ੍ਰਧਾਨ ਬਣਨਾ ਚਾਹੁੰਦੇ ਨੇ, ਜਾਂ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰਧਾਨ ਬਣਨਾ ਚਾਹੁੰਦੇ ਨੇ, ਆਦੇਸ਼ ਪ੍ਰਤਾਪ ਕੈਰੋਂ ਪ੍ਰਧਾਨ ਬਣਨਾ ਚਾਹੁੰਦੇ ਨੇ, ਜਾਂ ਸਿਕੰਦਰ ਸਿੰਘ ਮਲੂਕਾ ਚਾਹੁੰਦੇ ਨੇ ਕਿ ਉਹ ਪ੍ਰਧਾਨ ਬਣਨ, ਜਾਂ ਫਿਰ ਗੁਰਪ੍ਰਤਾਪ ਵਡਾਲਾ ਚਾਹੁੰਦੇ ਨੇ ਕਿ ਉਹ ਪ੍ਰਧਾਨ ਬਣਨ? ਗੁਰਪ੍ਰਤਾਪ ਵਡਾਲਾ ਨਾਲ ਗੱਲਬਾਤ ਹੋਈ, ਉਹਨਾਂ ਨੇ ਕਿਹਾ ਕਿ ਅਸੀਂ ਇੱਕ ਪ੍ਰਧਾਨ ਵਾਲੀ ਨੀਤੀ ਦੇ ਉੱਤੇ ਨਹੀਂ ਰਹਿਣਾ ਚਾਹੁੰਦੇ, ਅਸੀਂ ਐਕਿਊਮੂਲੇਟਿਵ ਲੀਡਰਸ਼ਿਪ ਚਾਹੁੰਦੇ ਹਾਂ ਕਿ ਜਿਵੇਂ ਸਰਪੰਚ ਦੇ ਨਾਲ ਪੰਚ ਹੁੰਦੇ ਨੇ, ਉੱਦਾਂ ਦੀ ਲੀਡਰਸ਼ਿਪ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ। ਕਿਤੇ ਨਾ ਕਿਤੇ ਉਹ ਵੀ ਇੱਧਰ ਵੱਲ ਨੂੰ ਇਸ਼ਾਰਾ ਕਰਦੀ ਨਜ਼ਰ ਆ ਰਹੀ ਸੀ ਕਿ ਜਿਹੜੇ ਹੁਣ ਇਹ ਸੀਨੀਅਰ ਲੀਡਰ ਵੱਖ ਹੋਏ ਨੇ, ਕਿਤੇ ਕਿਊਮੂਲੇਟਿਵ ਲੀਡਰਸ਼ਿਪ ਤਾਂ ਨਹੀਂ ਬਣਾਉਣਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ। ਖੈਰ, ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਨੇ ਔਰ ਉਹਨਾਂ ਚਰਚਾਵਾਂ ਦੇ ਵਿੱਚ ਜ਼ਿਕਰ ਵੀ ਹੋਇਆ। ਲੰਘੇ ਕੱਲ੍ਹ ਬੀਬੀ ਜਗੀਰ ਕੌਰ ਉਹਨਾਂ ਅਤੇ ਉਹਨਾਂ ਦਾ ਧੜਾ ਚੰਡੀਗੜ੍ਹ ਜਾ ਕੇ ਪ੍ਰੈਸ ਕਾਨਫਰੰਸ ਕਰਦਾ ਹੈ, ਇਸ ਮਾਮਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਕੀ ਕੁਝ ਬੋਲੇ ਨੇ, ਆਓ ਸੁਣ ਲੈਂਦੇ ਹਾਂ। ਉਹ ਸਾਡਾ ਚੁਣਿਆ ਹੋਇਆ ਪ੍ਰਧਾਨ ਹੈ ਡੈਲੀਗੇਟਾਂ ਵੱਲੋਂ, ਸ਼੍ਰੋਮਣੀ ਅਕਾਲੀ ਦਲ 'ਚੋਂ ਕਿਸੇ ਨੂੰ ਵੀ ਨਹੀਂ ਕੱਢਿਆ ਜਾ ਸਕਦਾ ਜਿਹੜਾ ਮੈਂਬਰ ਬਣਿਆ ਹੋਇਆ। ਕਿੱਦਾਂ ਕਰ ਦੋਗੇ? ਅਸੀਂ ਕੋਈ ਡਿਸਿਪਲਨ ਭੰਗ ਕੀਤਾ ਹੁਣ ਕੱਲ੍ਹ, ਅਸੀਂ ਕੋਈ ਡਿਸਿਪਲਨ ਭੰਗ ਕੀਤਾ 25 ਤਰੀਕ ਨੂੰ? ਅਸੀਂ ਪਾਰਟੀ ਦੀਆਂ ਵਿਚਾਰਾਂ ਕੀਤੀਆਂ, ਮੰਥਨ ਕੀਤਾ, ਪਾਰਟੀ ਦੀ ਮਜ਼ਬੂਤੀ ਲਈ ਗੱਲ ਕੀਤੀ ਹੈ, ਕਿ ਜੇ ਅਸੀਂ ਪਾਰਟੀ ਦਾ ਹਰ ਨਾਰਾ ਮਾਰ ਰਹੇ ਹਾਂ, ਲੋਕਾਂ ਨੂੰ ਲਾਮਬੰਦ ਕਰਦੇ ਹਾਂ, ਤਾਂ ਤਕਲੀਫ ਕਿਹਨੂੰ? ਜੇ ਕੱਲ੍ਹ ਬੀਬੀ ਨੂੰ ਇੰਨਾ ਇਹਨਾਂ ਨੇ ਜ਼ੁਲਮ ਕੀਤਾ ਅਤੇ ਉਹ ਵਿਚਾਰੀ ਕੱਲ੍ਹ ਰੋ ਪਈ ਸੀ ਵੀ ਅੱਜ ਮੇਰਾ ਪਤੀ ਹੁੰਦਾ ਅਤੇ ਇਹ ਸਾਨੂੰ ਸਹਿਣਾ ਨਾ ਪੈਂਦਾ। ਉਹਨੇ 45 ਸਾਲ ਸੇਵਾ ਕੀਤੀ, ਅਤੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਆਪੇ ਹੀ ਆਪਣੇ ਦਸਖਤਾਂ ਨਾਲ ਟਿਕਟ ਦੇਵੇ, ਨਾਲੇ ਆਪਣੇ ਦਸਖਤਾਂ ਦੀ ਤੁਹੀਨ ਕੀਤੀ, ਨਾਲੇ ਪ੍ਰਧਾਨਗੀ ਪਦ ਦੀ ਤੁਹੀਨ ਕੀਤੀ, ਨਾਲੇ ਪਾਰਟੀ ਦਾ ਅਕਸ ਨੀਵਾ ਕੀਤਾ, ਲੋਕਾਂ ਦੇ ਵਿੱਚ ਅੱਜ ਹਾਹਾਕਾਰ ਮੱਚ ਗਈ, ਨਿਸ਼ਾਨ ਲੈ ਕੇ ਘਰ ਬੈਠੇ ਹੋਣ, ਅਤੇ ਜਿਹੜਾ ਸਾਡੇ ਨਾਲ ਇੰਟਰਵਿਊ 'ਚ ਦਾਖਲ ਹੋਵੇ ਕੁਲਵੰਤ ਸਿੰਘ ਮੰਨਣ, ਉਹਦੀਆਂ ਚੁਗਲੀਆਂ ਸੁਣ ਕੇ ਇਹ ਕਹਿ ਕੇ ਕਿ ਬਾਗੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ, ਬੜਾ ਅਫਸੋਸ ਹੈ। ਅੱਜ ਅਸੀਂ ਬਾਗੀ ਹੋ ਗਏ ਇੱਕ ਦਿਨ ਪਹਿਲਾਂ, ਤੇ ਬਾਦਲ ਸਾਹਿਬ ਮੈਨੂੰ ਫੋਨ ਕਰ ਰਹੇ ਅੱਧਾ ਘੰਟਾ ਕਿ ਬੀਬੀ ਜੀ ਤੁਸੀਂ ਮੀਟਿੰਗ 'ਚ ਆਉਣਾ। ਜਦੋਂ ਮੈਨੂੰ ਪਤਾ ਲੱਗਾ ਕਿ ਸਾਰੀ ਅੱਧੇ ਲੀਡਰ ਜਿਹੜੇ ਪਾਰਟੀ ਦੇ ਸਾਰੇ ਹੀ, ਤਕਰੀਬਨ ਕਿਸੇ ਨੂੰ ਟੈਲੀਫੋਨ ਨਹੀਂ ਗਿਆ, 47 ਲੀਡਰ ਸੀ ਉਸ ਦਿਨ ਮੇਨ, ਕਿਸੇ ਨੂੰ ਟੈਲੀਫੋਨ ਗਿਆ? ਮੇਰੇ ਅੰਦਰ ਵੀ ਦਰਦ ਹੈ ਕਿ ਤੁਸੀਂ ਜਿਹੜੇ ਸਾਰੇ ਸਾਥੀਆਂ ਨੂੰ ਕੱਢ ਕੱਢ ਕੇ ਬਾਹਰ ਮਾਰਦੇ ਹੋ, ਤੇ ਪਾਰਟੀ ਚੱਲੇਗੀ ਕਿੱਦਾਂ, ਰਹੇਗੀ ਕਿੱਦਾਂ? ਸੋ ਇਸ ਕਰਕੇ ਵੀਰੋ ਗੱਲ ਸੁਣੋ, ਇਸ ਪਾਰਟੀ ਨੂੰ ਤੁਸੀਂ ਵੀ, ਤੁਹਾਡੇ ਬਜ਼ੁਰਗਾਂ ਨੇ ਵੀ ਆਪਣੇ ਖੂਨ ਨਾਲ ਸਿੰਜਿਆ, ਤੁਹਾਨੂੰ ਵੀ ਦਰਦ ਹੈ। ਇਹ ਖੇਤਰੀ ਪਾਰਟੀ ਹੀ ਨਹੀਂ, ਇਹ ਇਤਿਹਾਸਕ ਖੇਤਰੀ ਪਾਰਟੀ ਹੈ, ਇਹ ਸਿਧਾਂਤਾਂ ਦੀ ਪਾਰਟੀ ਹੈ, ਇਹ ਮਰਿਆਦਾ ਦੀ ਪਾਰਟੀ ਹੈ, ਇਹਦਾ ਕੋਈ ਫਲਸਫਾ ਹੈ?
ਇਹਦੀ ਕੀ ਸੋਚ ਹੈ, ਇਹਦੀ ਕੋਈ ਵਿਚਾਰਧਾਰਾ? ਇਸ ਕਰਕੇ ਤਕੜੇ ਹੋ ਕੇ ਮਜ਼ਬੂਤ ਕਰੋ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।